ਹਰਮਨ ਪਾਉਣ ਲਈ ਤਿਆਰ ਹੈ ਤੇ ਸਾਹਮਣੇ ਧੂਹੀ ਵਾਲਾ ਹਰਮਨ ਮੇਰੇ ਵੀਰੋ ਉਧਰਲੇ ਪਾਸੇ ਵੇਖਾਂਗੇ ਔਰ ਰਣ ਸਿੰਘ ਦਾ ਜਿਹੜਾ ਵਾਅਦਾ ਹੋਵੇ ਮੇਰੇ ਵੀਰੋ ਲੈ ਨੇਪਾਲੀ ਕੀਰਾ ਦੇ ਖਰਾਬ ਤਰਨੇ ਮੁੰਡੇ ਆ ਕੋਈ ਨਾ ਕੁਝ ਕਰਨਗੇ ਜ਼ਰੂਰ ਪਰ ਸਾਹਮਣੇ ਖੇਡਾ ਸ਼ਾਨ ਧੂਹੀ ਵਾਲਿਆ ਤੇ ਕੇ ਰਗੂ ਹੱਲਾ ਗੁੱਲਾ ਹੱਲਾ ਗੁੱਲਾ ਹੋਇਆ ਹੋਇਆ ਕੀਰਾ ਨਾਲ ਪੂਰੇ ਫੇਕ ਵਿੱਚ ਕੋਈ ਪਰਦਾ ਨਹੀਂ ਠੇਕੇਦਾਰ ਦੱਸਾਂ ਦੀ ਵੱਡਾ ਵੱਡ ਕਦੇ ਕਿੱਲੇ ਵੀ ਕਦੇ ਨਾਮ ਨਹੀਂ ਕਰਕੇ ਹੋਏ ਕਦੇ ਲੂਸੀ ਖੇਡਿਆ ਪਰ ਸਾਹਮਣੇ ਵੇਖਾਂਗੇ ਦੋਨੇ ਪਾਸੇ ਆ ਹੁੰਦੀ ਹੋਈ ਕਮਾਲ ਆ ਪੈਂਦੇ ਹੋਏ ਭੰਗੜੇ ਤੇਰਾ ਵੇਖਾਂਗੇ ਜਿਹੜੇ ਤੋਂ ਜਿਹੜੇ ਵਾਅਦੇ ਹੋ ਰਹੇ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਸਵਾਲ ਵੱਜਿਆ ਪਿਆ ਵੀ ਬੱਚੀ ਬੱਚੀ ਨੀ ਜੰਦੂ ਕੰਦੀ ਜਵਾਨੀ ਆ ਸਾਹਮਣੇ ਬੱਲੇ 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 ਹਾਏ ਰੱਬਾ ਓਹੋ ਤਾਰੀ ਬਣਨੀ ਹੈ ਕਿ ਨਹੀਂ ਤਾਰੀ ਬਣੀ ਫਿਰ ਸਵਾਦ ਨਹੀਂ ਆਉਣਾ ਆ ਗੱਗੂ ਹੈ ਗੱਗੂ ਖੇਤੀ ਜੂਏ ਸਿਰੇ ਚੜਕੇ ਹੋਏ ਮੇਰੇ ਵੀਰੋ ਪਰ ਹੁਣ ਵੇਖਾਂਗੇ ਚਾਰ ਜਿਹੜੇ ਵਾਅਦੇ ਹੋ ਗਏ ਆ ਇਹ ਵੀ ਹੈ ਉਹ ਪਿੱਪਲ ਦੇ ਕੰਮ ਰਹਿੰਦੀ ਹੈ ਪਰ ਸਾਹਮਣੇ ਫਾਰਚੂਨਰ ਚੰਨੀ ਦਾ ਕਹਿੰਦੇ ਟੈਡੂ ਛਪਾਈ ਫਰਦਾ ਬਾਬਾ ਤੂੰ ਖੋਸ਼ਾ ਚੰਨੀ ਆ ਜਾ ਆ ਚੰਨੀ ਤੀਜਾ ਛੱਕਾ ਤੇਰੇ ਸਿਰ ਦੇ ਉੱਪਰ ਦੀ ਵੱਜ ਗਿਆ ਕਿਆ ਗੱਲ ਬਈ ਸੋਨੀ ਮਨੀਲਾ ਤੇ ਫੌਜੀ ਮਨੀਲਾ ਮਨੀਲਾ ਦੇ ਭਰਾਵਾਂ ਦਾ ਧੰਨਵਾਦ ਹੈ ਲਓ ਸਾਹਮਣੇ ਵੇਖਾਂਗੇ ਇੱਧਰ ਦੇ ਪਾਸੇ ਚਾਰ ਰਣਾ ਕਹਿੰਦੇ ਪੁੱਜ ਰਹੀ ਹੈ ਤੇ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਪਾਰਸਾ ਪਟਾਕੇ ਭੰਦੇ ਪਟਾਕੇ ਭੰਦੇ ਪੱਥਰ ਤਿੱਖਾ ਕਰਦੇ ਨੇ ਪਾਸਾ ਪੀਰਾਂ ਦੀਆਂ ਲੋਕਾਂ ਨੂੰ ਕਹਿੰਦੇ ਪਹਿਲੀ ਵਾਰ ਪੱਬ ਲਿਖਾਦਾ ਹੈ ਪਹਿਲੀ ਵਾਰ ਉਹਦੀ ਸੋਨੀ ਕਰ ਦਿੱਤੀ ਹੈ ਔਰ ਇੱਕ ਸਕੋਰ ਕੱਪੜੇ ਮੁੜੇ ਜੋੜ ਹੁੰਦਾ ਹੈ ਮੇਰੀ ਬੇਨਤੀ ਹੈ ਨਾਲ ਸੱਪ ਲੜੇ ਜੇ ਫਿਰ ਕਿਹਨੂੰ ਚੜੇ ਸਾਹਮਣੇ ਦੇਖ ਰਿਹਾ ਚੜ ਗਈ ਯਾਰ ਚੜ ਗਈ ਦੇਖ ਰਿਹਾ ਵੱਡੇ ਵੱਡੇ ਕਾਰੋਬਾਰ ਆ ਵੱਡੇ ਬਿਜ਼ਨਸ ਹੈ ਮੇਰੇ ਵੀ ਕਹਿੰਦੀ ਫਾਈਨਾਂਸ ਦਾ ਕੰਮ ਆ ਉੱਥੇ ਉਹ ਗੱਲਾਂ ਟਿਕਾਣੇ ਆ ਮਨੀਲਾ ਦੇ ਵਿੱਚ ਨੰਦਰਿਆ ਕਹਿੰਦੇ ਮੁੰਡੇ ਦਾ ਵੱਡਾ ਪਰ ਕੰਮ ਅੱਜ ਜੱਟਾਰੇ ਕਰਨੇ ਪੈਣੇ ਆ ਧੁੱਕੀ ਕੱਢਣੀ ਪੈਣੀ ਆ ਟੱਪਾ ਇੱਕ ਦੋ ਤਿੰਨ ਹੁਣ ਨੀ ਰੁਕਦੀ ਇਹ ਗੱਲ ਪੱਕੀ ਆ ਹੁਣ ਨੀ ਰੁਕਦੀ ਇਹ ਗੱਲ ਪੱਕੀ ਲਾਹੌਰ ਸਾਹਮਣੇ ਵੱਡੇ ਨੇ ਕਮਾਲ ਕਰਦੀ ਰਹਿ ਜਿਹੜੇ ਚਾਰ ਸਾਹਮਣੇ ਗੱਲਾਂ ਬਾਤਾਂ ਰਹੀਆਂ ਕਹਿੰਦੇ ਟਿਕਾਣੇ ਰੱਖਦੀਆਂ ਹੈ ਸਾਹਮਣੇ ਖੇਡਾ ਸ਼ਾਨ ਔਰ ਮੁੰਡਾ ਕਦੇ ਧੁੱਕੀ ਕੱਢੀ ਆਉਂਦਾ ਰਹਿ ਜਿਹੜੇ ਛੇ ਆਪਣੇ ਟਿੱਕ ਨਾਲ ਸ਼ਰਮਾ ਦੋ ਫੇਰ ਜਾ ਕੇ ਵੀ ਧੁਨਾ ਪੈ ਗਿਆ ਆਹ ਸਾਹਮਣੇ ਕੈਦ ਦੀ ਕੋਸ਼ਿਸ਼ ਕਰੀ ਹੈ ਪਰ ਰਣ ਸਿੰਘ ਤੋਂ ਡਰਨ ਕਹਿੰਦੇ ਡਰ ਚੁੱਕਿਆ ਹੈ ਇੱਕ ਪਾਸੇ ਹੰਡਾਇਆ ਹੈ ਤੇ ਦੂਜੇ ਪਾਸੇ ਆ ਜਸ਼ਨਾ ਕਰਦਾ ਹੋਏ ਕਰਾਈ ਤੇ ਹੋ ਗਈ ਬੱਲੇ ਬੱਲੇ ਆ ਹੋ ਗਈ ਕਮਾਲ ਤੇ ਰਣ ਦੇ ਛੇ ਦੇ ਜਿਹਦੇ ਵਿੱਚ ਗੁਰਵਿੰਦਰ ਬਾਈ ਸੱਦੇ ਦੇ ਰਿਹਾ ਪਹੁੰਚੋ ਸਾਰੇ ਤੇ ਮੈਚ ਬਦਲੇ ਹੁਣ ਇੱਥੇ ਉਹਨਾਂ ਸਮਿਆਂ ਦੇ ਵਿੱਚ ਸਾਥ ਦਿੱਤਾ ਹੈ ਜਦੋਂ ਕੋਠੇ ਵਾਲੇ ਨਾਲ ਕੋਈ ਨਹੀਂ ਖੜਿਆ ਹੈ ਅਸੀਂ ਰਾਜ ਕਰ ਰਹੇ ਤੇਰਾ ਵੀ ਧੰਨਵਾਦ ਹੈ ਜੋ ਉਹਨਾਂ ਦਾ ਦਰ ਰਹੇ ਬਾਲ ਪਾਉਣ ਲਈ ਕਹਿੰਦੇ ਗੱਲੂ ਫੇਰ ਪਿਆਰ ਇੱਧਰਲੇ ਪਾਸੇ ਆਓ ਰਾਜੇ ਨੇ ਪਿਆਰੀ ਹਰੀ ਨਿਮਰਾ ਮੁੰਡਿਆਂ ਦੀਆਂ ਰਾਮਗੜ ਪਿੰਡ ਦੂਜੇ ਪਾਸੇ ਹੰਡਾਇਆ ਕੱਲ ਜਿਹੜੇ ਬਰਨਾਲੇ ਦੀ ਇੱਕ ਖਿਡਾਰੀ ਫੁੱਟਾਂ ਵਿੱਚ ਜਾਨਾ ਜਿਨ੍ਹਾਂ ਦੇ ਦੌਲਿਆਂ ਪੱਤਾਂ ਬੁੱਤਾਂ ਦੇ ਵਿੱਚ ਜਾਨਾ ਇੱਕ ਹੋਰ ਛੱਤਾਂ ਜਾਂ ਫਿਰ ਆਉਂਦਾ ਇੱਕ ਹੋਰ ਵੱਡੇ ਧੂਈ ਵਾਲੇ ਕਬਲ ਦੇ ਇੱਕ ਬਰੇਕ ਦਾ ਸੌ